हेलो भाई, हेलो। क्या चाल जी? ठीक है वीरे, गुड आफ्टरनून। वेरी गुड आफ्टरनून। किथे? ओके बस कर रही थी, मैं हले ना थोड़ी वीडियो देख रहा सीगा। ओके ओके। अच्छा हाँ जी हाँ जी, यूट्यूब से अच्छा गुरबे सिंह बराड़ नाल जिहड़ी तुसी पाई हुई है, मैं इहदे च 3 पॉइंट नोट किते जिहड़ी इन्हां ने झूठ दस्से। जी। 1 पॉइंट इन्हां दा मेन जिहड़े आ कहिंदे ने कि मतलब असीं पेमेंट रिफंड कीते ने 28 दिन विच, हाँ जी। आ सानू इशू कोई दस्या ही नहीं गया सीगा। अच्छा हाँ, आ इशू कोई दस्या नहीं गया। मेरे को जिन्ने कॉन्टेक्ट मेरी लाइन च ने, हले मैं सारे लाइन ते लाऊंगा तो उन्होंने सारी आही गल कहनी है ओके ओके। अच्छा, तुहानू ये दस्या ही नहीं जांदा? ना, सानू दस 1% नहीं दस्या जांदा। ओके अच्छा। एहो जी गल हैगी है तो मैं रिकॉर्डिंग ते आके वीडियो तो भी कह सकदा वा, एहो जी कोई गल नहीं हैगी। ओके ओके ओके। ठीक है मैं कंपनी दे फेस भी आके मुंह ते कह सकदा कि एहो जी सानू कोई गल दसी नहीं जांदी। ते दूजी गल आ, क्योंकि सानू ना साडे उपर वाले दसदे ने, जिन्नू मैं जेड़े साडे हेड हुंदे ने RBDM BDM, कोई सानू नहीं दसदा। ओके ठीक है। हाँ, जेड़ा सानू ज्वाइनिंग करांदा ओह भी सानू नहीं दसदा कि 28 दिन विच तुहाडे पेमेंट वापस हो जानी। ओके ठीक है ठीक है। ठीक है, ते दूजी गल इन्हां ने आखी सीगी जेड़ी कि आपां पैसा किसे तो इन्हां नू पता लगदा हैगा वा कि हाँ जी। आपां किसे ते मतलब कोई लोन लै के पैसा आया, मैं कह नहीं रहे सीगे, और उन्हां नू आपां ज्वाइनिंग नहीं करांदे। हाँ। आ उहदे च की करदे ने, उन्हां नू ज्वाइनिंग करांदे ने, उन्हों इत्थे तक मजबूर करदे ने, तेरे कोल अगर 2000 रुपए हैगे आ तू 2000 रुपए लैके आ, ਉਹ ਸਾਨੂੰ ਦੇ, ਬਾਕੀ ਅਸੀਂ ਤੈਨੂੰ ਪ੍ਰੋਡਕਟ ਦਵਾਂਗੇ। ਅੱਛਾ ਇੰਨੀ ਕੀ ਉਹਨੂੰ ਮਤਲਬ ਮਾਇੰਡ ਉਹਦਾ ਇੰਨਾ ਕਾ ਉਹ ਕਰਦੇ ਨੇ ਕਿ ਮਾਇੰਡ 'ਚ ਇੰਨਾ ਉਹਦਾ ਪ੍ਰੈਸ਼ਰ ਪਾਉਂਦੇ ਨੇ ਕਿ ਤੂੰ ਜਿੱਦਾਂ ਮਰਜ਼ੀ ਕਰਕੇ ਹਜ਼ਾਰ, ਪਹਿਲਾਂ 10,000 ਅਗਰ ਹੁੰਦੀ ਆ ਮਤਲਬ ਕੋਈ ਉਹਨੂੰ ਲਗਵਾਉਂਦਾ ਆਪਣੇ ਥਰੂ, ਜਿਵੇਂ 40,000 ਵਾਲੇ ਨੇ 40,000 ਵਾਲਾ ਲਗਵਾ ਰਿਹਾ ਵਾ, ਤੇ ਉਹ ਉਹਨੂੰ ਇੰਨਾ ਕਾ ਉਹ ਕਹੂਗਾ ਕਿ ਚੱਲ ਕੋਈ ਨਾ ਤੂੰ 6,000 ਲਿਆ, ਉਹਦੀ 6,000 ਵੀ ਪੋਸੀਬਲ ਨਹੀਂ ਹੋਣਗੇ, ਉਹਨੂੰ ਕਹਿਣਗੇ ਚੱਲ ਤੂੰ 4,000 ਲਿਆ, ਚੱਲ 2,000 ਲਿਆ, ਉਤੋਂ ਮੈਕਸੀਮਮ ਤੋਂ ਮੈਕਸੀਮਮ ਅੱਧੇ ਪੈਸੇ ਲੈਂਦੇ ਨੇ। ਹਾਂ ਜਦੋਂ ਉਹਨੂੰ ਜਾਣ ਲੈਂਦੇ ਆ ਕਿ ਕੁਛ ਨਹੀਂ ਕਰ ਸਕਦਾ, ਨਹੀਂ ਲਾ ਸਕਦਾ, ਤਾਂ ਉਹਨੂੰ ਇੰਨੀ ਗੱਲ ਕਹਿਣਗੇ ਕਿ ਚੱਲ ਤੂੰ ਮੇਰੇ ਨਾਲ ਕੰਮ ਕਰ, ਜਦੋਂ ਤੇਰੇ ਕੋਲ ਪੈਸੇ ਆਉਣ ਲੱਗ ਗਏ ਤੂੰ ਮੈਨੂੰ ਹੌਲੀ ਹੌਲੀ ਕਰਕੇ ਦੇ ਦੀ ਪੈਸੇ, ਜਾਂ ਫਿਰ ਜਦੋਂ ਤੇਰੇ ਕੋਲ ਹੋਣਗੇ ਤਦ ਮੈਨੂੰ ਤੂੰ ਪੈਸੇ ਦੇ। ਉਹ ਤੇਰੀ ਪੈਸਾ ਛੱਡਦੇ ਬਿਲਕੁਲ ਨਹੀਂ ਹੈਗੇ, 1% ਦਾ ਪੈਸਾ ਨਹੀਂ ਛੱਡਦੇ। ਹਾਂ, ਹੁਣ ਮੇਰਾ ਜਿਵੇਂ ਕੋਈ ਮੈਂ ਲਗਵਾਉਂਗਾ ਆਪਣਾ ਭਰਾ, ਮੈਂ ਉਹਦੇ ਪੈਸੇ ਬੇਸ਼ੱਕ ਛੱਡਦਾ, ਹੁਣ ਮੈਂ ਕੋਈ 11 ਬੰਦਾ ਲਗਵਾਉਂਗਾ ਉਹਦੇ ਪੈਸੇ 1 ਪੈਸਾ ਨਹੀਂ ਛੱਡਦੇ। ਆ ਲੋ, ਓਕੇ 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 ਠੀਕ ਆ। ਮੈਂ ਇਹਨਾਂ ਦੇ 2-3 ਪੁਆਇੰਟ ਹਲੇ ਮੈਂ ਆਹੀ ਸੁਣ ਰਿਹਾ ਸੀਗਾ ਕੰਮ ਤੋਂ ਆ ਕੇ, ਮੈਂ ਅੱਛਾ ਇਹਨਾਂ ਨੂੰ 2-3 ਪੁਆਇੰਟ ਇਹਨਾਂ ਦੇ ਨੋਟ ਕੀਤੇ ਜਿਹੜੇ ਝੂਠ ਬੋਲਦੇ ਪਏ। ਵੀਡੀਓ ਸੁਣ ਕੇ ਨਾ ਮੈਂ ਕਿਹਾ ਇੱਕ ਵਾਰੀ ਪੂਰੀ ਸੁਣ ਕੇ ਫਿਰ ਨੋਟ ਕਰਕੇ ਫਿਰ ਮੈਂ ਕਰਦਾ ਵਾਂ ਤੁਹਾਨੂੰ ਕਾਲ। ਯਾਰ ਇਹ ਤਾਂ ਬਹੁਤ ਗੱਲਾਂ ਐ ਜੀਆਂ ਨੇ ਹਾਂ ਜਿਹੜੀਆਂ ਜੀ, ਸਾਡੀਆਂ ਜੇ ਪੁੱਛਣੀਆਂ ਬਾਕੀ ਨੇ। ਇਹਨਾਂ ਨੇ ਸਾਨੂੰ ਆ ਗੱਲ ਨਹੀਂ ਦੱਸੀ ਸੀਗੀ ਕਿ 28 ਦਿਨ ਦੇ ਵਿੱਚ ਤੁਹਾਡੇ ਪੈਸੇ ਰਿਫੰਡ ਹੋ ਸਕਦੇ ਨੇ। ਅੱਛਾ ਹਾਂ, ਸਾਨੂੰ ਹਲੇ ਤੱਕ ਨਹੀਂ ਪਤਾ ਸੀਗਾ, ਔਰ ਜਦੋਂ ਅਸੀਂ ਵੀਡੀਓ ਸੁਣੀ ਆ ਉਹਦੇ ਬਾਅਦ ਸਾਨੂੰ ਪਤਾ ਵਾ ਕਿ ਹਾਂ ਪੈਸੇ ਰਿਫੰਡ ਹੋ ਸਕਦੇ ਸੀਗੇ। ਓਕੇ ਔਰ ਆ ਸਾਡੇ ਮਤਲਬ ਜਦੋਂ ਆਉਂਦੇ ਸੀ ਮਤਲਬ 2 ਮੰਥ ਬਾਅਦ ਜਦੋਂ ਪਰਸਨਲ ਇੱਕ ਲੈਕਚਰ ਲੱਗਦਾ ਹੁੰਦਾ ਸੀਗਾ ਕਿ ਤੁਸੀਂ ਆਪਣਾ ਕੰਮ ਕਿਵੇਂ ਅੱਗੇ ਵਧਾਉਣਾ ਵਾ, ਉਸ ਟਾਈਮ ਵੀ ਸਾਨੂੰ ਮਤਲਬ ਕੋਈ ਵੀ ਇਹਨਾਂ ਤੋਂ ਵੱਡਾ ਜਿਹੜਾ ਹੁੰਦਾ ਸੀ ਜਾਂ ਛੋਟਾ ਇਹਨਾਂ ਦੇ ਨੀਚੇ ਜਿਹੜੇ ਕੰਮ ਕਰਦੇ BDM ਵਗੈਰਾ, ਉਹ ਵੀ ਸਾਨੂੰ ਨਹੀਂ ਦੱਸ ਕੇ ਜਾਂਦੇ ਸੀਗੇ ਕਿ ਮਤਲਬ ਜਿੰਨੇ ਕੰਮ ਨਹੀਂ ਕਰਨਾ ਹੈ ਉਹਦੇ ਪੈਸੇ ਰਿਫੰਡ ਹੋ ਸਕਦੇ ਆ। ਜੇ ਆ ਗੱਲ ਆ ਦੱਸਦੇ ਤੇ ਅੱਜ ਦੇ ਟਾਈਮ 'ਚ ਜਿੰਨੇ ਸਾਡੇ ਸਰਕਲ 'ਚ ਸੀਗੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ, ਮੈਂ ਕਹਿ ਰਿਹਾ ਸਾਰਿਆਂ ਨੇ ਰਿਫੰਡ ਆਪਣੇ ਪੈਸੇ ਲੈ ਲੈਂਦੇ, ਬੇਸ਼ੱਕ ਪੈਸੇ ਕੱਟਦੇ ਹੀ। ਹਾਂ ਔਰ ਲਾਸਟ ਗੱਲ 'ਚ ਕਹਿੰਦੇ ਨਾ ਕਿ ਕੰਪਨੀ ਉਦੋਂ ਹੀ ਤੁਹਾਨੂੰ ਪ੍ਰੋਫਿਟ ਦਿੰਦੀ ਹੈ, ਤਾਂ ਕੰਪਨੀ ਪ੍ਰੋਫਿਟ ਦਿੰਦੀ ਕਿੱਥੋਂ ਹੈ? ਜੇ ਅਸੀਂ 70,000 ਦਾ ਪ੍ਰੋਡਕਟ ਖਰੀਦਦੇ ਹਾਂ ਤੇ ਉਹਦੇ 'ਚ ਅਗਰ ਆਪਾਂ 10,000 ਵਾਲਾ ਕੋਈ ਸਾਡੇ ਡਾਊਨ 'ਚ ਬੰਦਾ ਲੱਗਦਾ ਹੈ, ਆਪਾਂ ਅਗਰ ਸਾਡੇ ਕੋਲੇ ਪ੍ਰੋਡਕਟ ਹੀ ਹੁੰਦੇ ਨੇ ਘੱਟੋ ਘੱਟ 5-6, 70,000 'ਚ 5 ਪ੍ਰੋਡਕਟ, ਉਹਦੇ 'ਚ ਅਗਰ 10,000 ਵਾਲਾ ਵੀ ਬੰਦਾ ਲੱਗਿਆ ਤੇ ਸਾਨੂੰ ਮਿਲਦੇ ਨੇ 9,500 ਰੁਪਏ ਮਿਲਦੇ ਨੇ। ਅੱਛਾ ਸਾਢੇ ਨੌ ਹਜ਼ਾਰ ਵਿੱਚੋਂ ਵੀ ਅਗਰ ਮੰਨ ਕੇ ਚੱਲੀਏ 10,000 ਦੇ ਵੀ ਵਿੱਚੋਂ, ਤੇ ਸਾਡਾ ਤਾਂ 50,000 ਹੀ ਬਚਿਆ, 20,000 ਤਾਂ ਸਾਡਾ ਲੋਸ ਗਿਆ ਤੇ ਟਾਈਮ ਵੀ ਲੋਸ ਗਿਆ ਸਾਡਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਆ।
ਨਾ ਸਾਡਾ ਕੋਈ ਪ੍ਰੋਫਿਟ ਨਹੀਂ ਹੋਇਆ, ਸਾਡਾ ਟਾਈਮ ਵੀ ਲੋਸ ਗਿਆ, ਅਸੀਂ ਸਟੈਂਡ ਉੱਥੇ ਦੇ ਉੱਥੇ ਹੀ ਆ। ਜੇ ਨੀਚੇ ਸਾਡੇ 4 ਬੰਦੇ ਉਹ 5 ਬੰਦੇ ਜਿਹੜੇ ਅਸੀਂ ਜੁਆਇਨਿੰਗ ਕਰਾਏ ਨੇ ਉਹ ਚਲੇ ਗਏ, ਤਾਂ ਆਪਾਂ ਅਸੀਂ ਉੱਥੇ ਦੇ ਉੱਥੇ ਹੀ ਆ, ਉਹ ਟਾਈਮ ਵੀ ਵੇਸਟ ਤੇ ਪੈਸਾ ਵੀ ਵੇਸਟ ਗਿਆ ਸਾਡਾ। ਸਮਝ ਗਿਆ ਸਮਝ ਗਿਆ ਸਮਝ ਗਿਆ। ਹਾਂ ਜੇ ਜੇ ਅਸੀਂ 70,000, ਮੈਂ ਜਿਵੇਂ 70,000 ਲਗਾਏ ਨੇ, ਮੈਂ ਕਿਸੇ ਨੂੰ ਜੁਆਇਨ ਕਰਾਉਣਾ 70,000 ਲਗਾਉਂਦਾ ਵਾ ਉਹ, ਤਾਂ ਮੈਨੂੰ 18,000 ਕੁਛ ਮਿਲਦੇ ਨੇ, ਬਾਕੀ ਤਾਂ ਕੰਪਨੀ ਦੇ ਕੋਲ ਹੀ ਗਿਆ। ਠੀਕ ਆ ਠੀਕ ਆ ਠੀਕ ਆ। ਹਾਂ ਉਹ ਵੀ ਮਤਲਬ ਸਾਨੂੰ ਐਟ ਏ ਟਾਈਮ ਨਹੀਂ ਮਿਲਦੇ, ਉਹ ਸਾਨੂੰ ਮਤਲਬ 5,000, 4,000, 9,000, 10,000 ਐਟ ਏ ਟਾਈਮ ਮਿਲ ਜਾਣਗੇ, ਬਾਕੀ ਕਹਿਣਗੇ ਤੁਹਾਡੇ ਅਕਾਊਂਟ 'ਚ ਸੈਂਡ ਕਰਾਂਗੇ। ਅੱਛਾ ਜਿਹਦਾ, ਹਾਂ ਜਿਹਦਾ ਪੈਨ ਕਾਰਡ ਨਹੀਂ ਹੁੰਦਾ ਹੈ ਉਹਦੇ ਵੀ ਚਾਰਜਸ ਕੱਟ ਜਾਂਦੇ ਨੇ, 500 ਰੁਪਏ, 1,000 ਰੁਪਏ ਜਿਹੜੇ ਉਹ ਚਾਰਜਸ ਉਹ ਆਪਣੇ ਕੱਟਣ। ਤੇ ਬਚਿਆ ਕੀ ਤੁਹਾਨੂੰ? ਬੱਚਿਆ ਸਾਨੂੰ ਕੁਛ ਨਹੀਂ ਹੁੰਦਾ ਫਿਰ ਉਹਦੇ 'ਚ। ਓਕੇ ਠੀਕ ਆ। ਹਾਂ ਉਹ ਬੈਂਕ 'ਚ ਟ੍ਰਾਂਸਫਰ ਕਰਦੇ ਨੇ, ਉਹ ਇੱਕ ਟਾਈਮ ਟੇਬਲ ਬੰਨਿਆ ਹੋਇਆ ਵਾ, ਜਿਵੇਂ ਆਪਾਂ ਕਿੱਥੇ ਕੰਮ ਕਰਦੇ ਹਾਂ ਸੈਲਰੀ ਦੇ ਵਾਈਜ਼, ਉੱਥੇ ਜਿਵੇਂ 20 ਤਾਰੀਖ, 21 ਤਾਰੀਖ ਐਵੇਂ ਬੰਨਿਆ ਹੋਇਆ। ਸਾਡੇ ਪੈਸੇ ਸਾਨੂੰ ਹੀ ਟਾਈਮ ਦੇ ਹਿਸਾਬ ਨਾਲ ਮਿਲਦੇ ਨੇ ਕੰਮ ਕੀਤੇ ਹੋਏ ਦੇ। ਓਕੇ ਠੀਕ 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 ਆ। ਹਾਂ ਆ ਤਾਂ ਕੋਈ ਹੈ ਹੀ ਨਹੀਂ। ਔਰ ਜਿਹੜੇ ਇੱਥੇ ਰੂਮ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੈਸੇ ਲੈਣ ਦੇ ਟਾਈਮ ਉਹਨਾਂ ਨੂੰ ਕਿਹਾ ਜਾਂਦਾ ਤੁਹਾਨੂੰ 3 ਟਾਈਮ ਦੀ ਰੋਟੀ ਮਿਲੂਗੀ। ਬੰਦੇ ਨੂੰ 3 ਟਾਈਮ ਦੀ ਰੋਟੀ ਮਿਲਦੀ ਨਹੀਂ, ਸਵੇਰੇ ਆਉਂਦਾ ਹੈ, ਸਿੱਧਾ ਸ਼ਾਮ ਨੂੰ ਛੁੱਟੀ ਹੁੰਦੀ, ਦੁਪਹਿਰ ਦੀ ਰੋਟੀ ਹੈ ਹੀ ਨਹੀਂ। ਜਿਹੜੇ ਰੂਮ 'ਚ ਰਹਿੰਦੇ ਆ ਉਹਨਾਂ ਨੂੰ ਕੀ ਕਹਿੰਦੇ? 3 ਟਾਈਮ ਰੋਟੀ ਮਿਲੂਗੀ? ਹਾਂ ਹਾਂ ਉਹਨਾਂ ਨੂੰ ਕਹਿੰਦੇ 3 ਟਾਈਮ ਤੁਹਾਨੂੰ ਰੋਟੀ ਮਿਲੂਗੀ। ਅੱਛਾ ਠੀਕ ਹੈ। ਤੇ ਪੈਸੇ ਜਿਵੇਂ ਮੈਂ ਕਿੱਥੇ ਜਾਵਾਂ, ਮੈਂ 2,000 ਦਿੱਤੇ ਰਹਿਣ ਦੇ, ਤੇ ਹੁਣ ਕਿੱਥੇ? ਮੈਂ ਨੀਚੇ ਫਰਸ਼ 'ਚ ਬਿਠਾ ਦਿੰਦੇ ਆ ਸੌਣ ਦੇ ਲਈ। ਹਾਂ ਠੀਕ ਹੈ। ਉੱਥੇ 20 ਰੁਪਏ ਦਾ ਗੱਦਾ ਲਿਆਉਂਦੇ ਨੇ, 20 ਰੁਪਏ ਦਾ ਗੱਦਾ ਪਾ ਦੇਣਗੇ, ਫਰਸ਼ 'ਚ ਸੁਲਾ ਦੇਣਗੇ, ਚੱਦਰ ਦੇ ਦੇਣਗੇ ਨਾਲ। ਚਲੋ ਆਪਾਂ ਬਾਹਰ ਆਏ ਹਾਂ ਕਿੱਥੇ ਸੋਣਾ, ਚਲੋ ਆਪਾਂ ਬਾਹਰ ਸੋ ਗਏ ਗੱਦੇ 'ਚ, ਆਪਾਂ ਬਾਹਰਲੇ ਮੁਲਕ ਆਏ ਹਾਂ ਕੰਮ ਕਰਨ, ਪਰ ਬੰਦੇ ਨੂੰ 3 ਟਾਈਮ ਦੀ ਰੋਟੀ ਨਹੀਂ ਮਿਲਦੀ, ਬੰਦੇ ਨੂੰ ਇਕੱਲਾ ਦੁਪਹਿਰ ਦਾ ਖਾਣਾ ਨਹੀਂ ਮਿਲਦਾ। ਇੰਨੀ ਕੀ ਗੱਲ ਕਨਫਰਮ ਹੈਗੀ, ਦੁਪਹਿਰ ਦਾ ਖਾਣਾ ਨਹੀਂ ਮਿਲਦਾ, ਨਹੀਂ ਮਿਲਦਾ। ਹੋਰ ਪਰ ਸਾਨੂੰ ਇੰਨਾ ਗੁਮਰਾਇਆ ਜਾਂਦਾ, ਜਦੋਂ ਸਾਡੀ ਟ੍ਰੇਨਿੰਗ ਹੁੰਦੀ ਹੈ ਕਹਿੰਦੇ ਕਿ ਤੁਹਾਡੀ ਅਮੈਰੀਕਨ ਬ੍ਰਾਂਡ ਯੂਜ਼ ਕਰਦੇ ਹੋ, ਬਾਹਰੋਂ ਬ੍ਰਾਂਡ ਆਉਂਦਾ ਹੈ, ਪੈਸਾ ਬਾਹਰ ਜਾਂਦਾ ਹੈ। ਠੀਕ ਹੈ, ਸਾਨੂੰ ਇੰਨਾ ਕੁਛ ਕਹਿੰਦੇ ਅਮੈਰੀਕਾ ਐਡੀਡਾਸ ਜਿਹੜੇ ਬ੍ਰਾਂਡ ਨੇ, ਕਹਿੰਦੇ ਬਾਹਰ ਜਾਂਦਾ ਹੈ ਪੈਸਾ ਜਿਹੜਾ ਤੁਸੀਂ ਖਰੀਦਦੇ ਹੋ। ਔਰ ਜਿਹੜੇ ਆਹ ਬ੍ਰਾਂਡ ਖਰੀਦਦੇ ਨੇ ਟੋਮੀ ਐਡੀਡਾਸ ਦੇ, ਆ ਵੀ ਬਾਹਰ ਦੇ ਬ੍ਰਾਂਡ ਨੇ, ਇਹਨਾਂ ਦਾ ਪੈਸਾ ਬਾਹਰ ਜਾ ਰਿਹਾ ਵਾ। ਤੇ ਮਤਲਬ ਅਸੀਂ ਬ੍ਰਾਂਡ, ਅਸੀਂ ਹੋਰ ਕੋਈ ਕੱਪੜਾ ਯੂਜ਼ ਕਰੀਏ ਉਹ ਗਲਤ ਹੈ, ਆ ਐਨਪੀ ਯੂਜ਼ ਨਾ ਕਰੀਏ ਅਸੀਂ ਗਲਤ ਹੈ, ਜੇ ਤੁਸੀਂ ਨਾ ਯੂਜ਼ ਕਰੋ ਉਹ ਸਹੀ ਹੈਗਾ। ਆ ਟੌਪਿਕ ਵਾਲੀ ਗੱਲ ਹੈਗੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਮਜ਼ਬੂਤ ਇਹ ਪੱਖ ਨੇ ਜਿਹੜੇ ਤੁਸੀਂ ਦੱਸੇ ਨੇ ਮੈਨੂੰ, ਕਿਉਂਕਿ ਦੇਖੋ ਅਸੀਂ ਕੰਪਨੀ ਦੇ ਵਿੱਚ ਨਹੀਂ ਲੱਗੇ, ਨਾ ਸਾਨੂੰ ਕੰਪਨੀ, ਅਸੀਂ ਇੰਟਰਸਟ ਲਿਆ, ਪਰ ਸਾਡੇ ਕੋਲ ਜਦੋਂ ਦੁਖੀ ਲੋਕ ਆਏ, ਤੜਫਦੇ ਲੋਕ ਆਏ, ਲੋਕਾਂ ਨੇ ਆਪਣਾ ਬਿਆਨ ਦਰਦ ਸਾਨੂੰ ਦੱਸਿਆ, ਅਸੀਂ ਉਹਨਾਂ ਦੇ ਦਰਦ ਨੂੰ ਮਹਿਸੂਸ ਕੀਤਾ ਕਿ ਯਾਰ ਇਹ ਲੋਕ ਕਿੱਥੋਂ ਪੈਸਾ ਲਿਆਉਂਦੇ ਹੋਣਗੇ, ਇੱਥੇ ਕੰਪਨੀ 'ਚ ਕਿੱਦਾਂ ਲਗਾਏ ਹੋਣਗੇ ਤੇ ਲਗਾਏ ਕਿਉਂ ਹੋਣਗੇ, ਜੇ ਇਹ ਅੱਜ ਇੰਨਾ ਰੋਂਦੇ ਆ ਵੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀਗੇ। ਜਦੋਂ ਅਸੀਂ ਸਰਚ ਕਰਨੀ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਇਹ ਨਜ਼ਰ ਆਇਆ ਕਿ ਇਹ ਪਹਿਲਾਂ ਬੰਦੇ ਨੂੰ ਗੁਮਰਾਹ ਕਰਦੇ, ਜਿਵੇਂ ਤੁਸੀਂ ਵੀ ਦੱਸਿਆ, ਸਾਰਾ ਕੁਛ ਸਾਨੂੰ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ, ਤੁਸੀਂ ਸਾਨੂੰ ਦੱਸ ਰਹੇ ਹੋ ਵੀ ਆਹ ਚੀਜ਼ਾਂ ਅੰਦਰ ਹੋ ਰਹੀਆਂ ਨੇ, ਤਾਂ ਇਸ ਸਵਾਲ ਤਾਂ ਬੜੇ ਤਿੱਖੇ ਨੇ। ਇਹ ਜੀਆਂ ਚੀਜ਼ਾਂ ਹੀ ਸਾਡੇ, ਸਾਨੂੰ ਇਹ ਕਈ ਲੱਗਦਾ ਸੀਗਾ ਕਿ ਇਹ ਇੰਨੇ ਦਮ ਹਿੰਮਤ ਨਾਲ ਕਹਿੰਦੇ ਪਿਆ ਕਿ ਅਸੀਂ 28 ਦਿਨਾਂ ਦੇ ਵਿੱਚ ਪੈਸੇ ਵਾਪਸ ਕਰਦੇ, ਅਸੀਂ 28 ਦਿਨਾਂ ਦੇ ਪੈਸੇ ਵਾਪਸ ਕਰਦੇ, ਕੀ ਪਤਾ ਅੰਦਰ ਦੱਸਦੇ ਵੀ ਹੋਣਗੇ, ਪਰ ਸਾਨੂੰ ਦੱਸਿਆ ਹੁਣ 2-3 ਲੋਕਾਂ ਨੇ, ਤੁਸੀਂ ਵੀ ਦੱਸਿਆ, 2-3 ਹੋਰ ਵੀ ਦੱਸਿਆ ਵੀ ਸਾਨੂੰ ਕੁਛ ਨੀ ਦੱਸਦੇ, ਸਾਨੂੰ ਤਾਂ ਇਹ ਇਸ ਇਹਨਾਂ ਗੱਲਾਂ ਤੇ ਆਣ ਹੀ ਨਹੀਂ ਦਿੰਦੇ ਕਿ 28 ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਵਾਪਸ ਹੋ ਜੂਗੀ। ਹੋਰ ਕੀ, ਉਹ ਮੇਨ ਗੱਲ ਤਾਂ ਇਹਨਾਂ ਦਾ ਮੋਟਿਵ, ਜਿਹੜੇ ਗੱਲ ਕਹਿੰਦੇ ਨੇ ਐਨਪ੍ਰੀ ਬ੍ਰਾਂਡ ਪਾਓ, ਲੋਕ ਦੇਖੂਗਾ, ਫੋਟੋ ਖਿੱਚ ਕੇ ਪਾਓ, ਤੇ ਤੁਸੀਂ ਖੁਦ ਕਿਉਂ ਨਹੀਂ ਪਾ ਰਹੇ ਐਨਪੀ ਬ੍ਰਾਂਡ? ਅੱਜ ਤੱਕ ਇਹਨਾਂ ਦੀ ਪੋਸਟਾਂ ਹੈਗੀਆਂ ਐਨਪੀ ਬ੍ਰਾਂਡ ਨਾਲ ਕਿਉਂ ਨਹੀਂ ਹੈਗੀਆਂ? ਇਸ ਵੀਡੀਓ ਕਿਉਂ ਇਹਨਾਂ ਦੀ ਪੋਸਟ ਨੇ ਕਿ ਅਸੀਂ ਮਤਲਬ ਕੰਪਨੀ ਤੋਂ ਸਾਡਾ ਬ੍ਰਾਂਡ ਨਿਕਲਿਆ ਵਾ? ਜੇ ਤੂੰ ਕੰਪਨੀ ਤੋਂ ਬ੍ਰਾਂਡ ਨਿਕਲਿਆ ਵਾ, ਤੁਸੀਂ ਖੁਦ ਕਿਉਂ ਨਹੀਂ ਪਾ ਰਹੇ? ਕੰਪਨੀ ਤੁਹਾਡੀ, ਬ੍ਰਾਂਡ ਤੁਸੀਂ ਪਾਓ, ਜੇ ਤੁਹਾਨੂੰ ਪਤਾ ਕੱਪੜਾ ਵਧੀਆ ਵਾ, ਤੁਸੀਂ ਖੁਦ ਕਿਉਂ ਨਹੀਂ ਯੂਜ਼ ਕਰ ਰਹੇ? ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਬਾਹਰ ਦਾ ਬ੍ਰਾਂਡ ਯੂਜ਼ ਕਿਉਂ ਕਰ ਰਹੇ ਹੋ? ਨਹੀਂ ਕੋਈ ਗੱਲ ਨਹੀਂ, ਮੈਂ ਤੁਹਾਡੀ ਗੱਲਾਂ ਨੂੰ ਸਮਝਿਆ ਵੀ ਆ, ਤੇ ਆਪਾਂ ਜਲਦੀ ਮਿਲਦੇ ਵੀ ਆ, ਤੇ ਵਧੀਆ ਗੱਲ ਆ, ਤੁਸੀਂ ਆਪਣੀਆਂ ਪੱਖ ਰੱਖ ਰਹੇ ਹੋ, ਇਸ ਤਰ੍ਹਾਂ ਹੋਰ ਵੀ ਜਿਹੜੇ ਲੋਕ ਨੇ, ਜੋ ਲੋਕਾਂ ਦੇ ਨਾਲ ਅਸੀਂ ਮਿਲਾਂਗੇ ਵੀ, ਤੇ ਆਪਾਂ ਮਿਲਦੇ ਆ, ਠੀਕ ਹੈ ਨਾ? ਠੀਕ ਹੈ, ਇਸ ਗੱਲ ਤੇ ਗੁਰਬੇਜ ਸਿੰਘ ਬਰਾੜ ਨਾਲ ਜਰੂਰ ਗੱਲ ਕਰਿਓ, ਜਰੂਰ ਜਰੂਰ। ਕਿਉਂ ਨੇ,
ਜ਼ਰੂਰ ਕਿਉਂ ਤੁਸੀਂ ਕਿਉਂ ਨਹੀਂ ਪਾਉਂਦੇ? ਤੇ ਆਪ ਗੱਲ ਵੀ ਕਰਿਓ ਕਿ ਸਾਨੂੰ ਖੁਦ ਦੱਸਿਆ ਹੈ ਕਿ 28 ਦਿਨ ਵਾਲਾ ਕੋਈ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ? ਕੋਈ ਗੱਲ ਨਹੀਂ, ਜ਼ਰੂਰ ਮੈਂ ਟਾਈਮ ਲੈਣਾ ਉਹਨਾਂ ਤੋਂ ਤੇ ਆਪਣੀ ਇਹ ਹਾਂਜੀ ਤੁਹਾਡੀ ਹਾਂਜੀ ਬੇਬਾਕੀ ਨਾਲ ਗੱਲਬਾਤ ਕਰਕੇ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਇਹ ਗੱਲਬਾਤ ਸੁਣਾਵਾਂਗਾ।